ਜੀ ਮੈਂ ਮਸਰਤ ਕਲਾਂਚ ਵੀ ਬੋਲ ਰਹੀ ਹਾਂ ਤੇ ਮੈਂ ਅੱਜ ਮਸੂਦ ਰਾਣਾ ਦੀ ਸਾਲਗ੍ਰਹਿ ਤੇ ਮੈਂ ਮੇਰੇ ਯਾਦਾਂ ਜਿਹੜਿਆਂ ਨੇ ਪਿੱਛੇ ਜਾਂਦੀਆਂ ਨੇ ਤੇ ਮੈਂ ਸੋਚਨੀ ਆ ਕਿ ਬਚਪਨ ਤੋਂ ਜਿਹੜੇ ਗਲੂਕਾਰਾਂ ਨੂੰ ਅਸੀਂ ਬਹੁਤ ਜ਼ਿਆਦਾ ਸੁਣਦੇ ਸਾਂ ਉਹ ਮਸੂਦ ਰਾਣਾ ਸਨ ਅਹਿਮਦ ਰੁਸ਼ਦੀ ਨੂਰ ਜਹਾਂ ਰੂਨਾ ਲੈਲਾ ਤੇ ਇਹ ਸਾਰੀ ਮੈਨੂੰ ਬਹੁਤ ਪਸੰਦ ਸਨ ਲੇਕਿਨ ਖਾਸ ਤੌਰ 'ਤੇ ਮਸੂਦ ਰਾਣਾ ਦੇ ਗਾਣੇ ਮੈਨੂੰ ਬਹੁਤ ਜ਼ਿਆਦਾ ਅੱਛੇ ਲੱਗਦੇ ਸਨ ਕਿ ਉਹਨਾਂ ਦੀ ਗਾਇਕੀ ਜਿਹੜੀ ਉਹ ਦਿਲ ਵਿੱਚ ਉਤਰ ਜਾਂਦੀ ਸੀ ਅਤੇ ਜਦੋਂ ਫਿਰ ਮੈਂ ਰੇਡੀਓ ਬਹਾਵਲਪੁਰ ਤੋਂ ਵੀ ਕੰਮ ਕੀਤਾ ਉੱਥੇ ਵੀ ਮੈਂ ਕਈ ਕਰਦੀ ਸਾਂ ਅਨਾਊਂਸਰ ਦੇ ਤੌਰ 'ਤੇ ਮੈਂ ਉਹਨਾਂ ਦੇ ਗਾਣੇ ਅਨਾਊਂਸ ਕਰਦੀ ਸਾਂ ਅਤੇ ਮੈਨੂੰ ਬਹੁਤ ਅੱਛਾ ਲੱਗਦਾ ਸੀ ਅਤੇ ਅੱਜ ਮੈਨੂੰ ਉਹ ਸਾਰੇ ਗਾਣੇ ਯਾਦ ਆ ਰਹੇ ਨੇ ਜਿਹੜੇ ਮੈਂ ਸੁਣਦੀ ਸਾਂ ਅਤੇ ਉਹਨਾਂ ਨੂੰ ਬਹੁਤ ਐਪਰੀਸ਼ੀਏਟ ਅਸੀਂ ਸਾਰੇ ਕਰਦੇ ਸਾਂ ਅਤੇ ਉਹ ਪਾਕਿਸਤਾਨ ਦੇ ਬਹੁਤ ਵੱਡੇ ਗੁਲਕਾਰ ਸਨ ਪਾਕਿਸਤਾਨ ਵਿੱਚ ਨਹੀਂ ਬਲਕਿ ਮੈਂ ਤਾਂ ਸਮਝਦੀ ਹਾਂ ਕਿ ਪੂਰੀ ਦੁਨੀਆ ਵਿੱਚ ਹੀ ਉਹਨਾਂ ਦੀ ਸ਼ੋਹਰਤ ਸੀ ਅਤੇ ਅੱਜ ਅਸੀਂ ਉਹਨਾਂ ਦੀ ਬਰਥਡੇ 'ਤੇ ਇਕੱਠੇ ਹੋਏ ਬੈਠੇ ਹਾਂ ਅਤੇ ਉਹਨਾਂ ਦੀ ਗੱਲਾਂ ਕਰ ਰਹੇ ਹਾਂ ਅਤੇ ਉਹਨਾਂ ਦੇ ਹੀ ਗਾਣੇ ਅਸੀਂ ਦੁਹਰਾ ਰਹੇ ਹਾਂ ਅਤੇ ਸਾਨੂੰ ਬੜਾ ਅੱਛਾ ਲੱਗ ਰਿਹਾ ਅਤੇ ਉਹ ਇਨਸ਼ਾਅੱਲਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ।